क्यों ताया किवें इकट्ठ जिहा कर लिया? मैं तो भाई एक योजना जी बनाई थी। किवें की? मां जल पंचायत बना लिया, मैं खासा टाइम बेचारा नाल मैं दसा हो के मैं दसदा माड़ा जिहा ते मां पिंड दे हित च एक गल जी सोची थी। मैं दसा आ दस तू मुंडा बाकी मैं कहना जाना। देखो यार सारे पीपल्स नु भी तुसी पैलेस बनाउण नु कहंदे हो हैना, पैसे बन गए नाले अपने पिंड दे मुंडे उन्हां दी राखी रुखी करिया करनगे, पैसे पूसे बारा करनगे, आले दुआले दे पिंडां नूं भी नौकरी मिलू, नाले अपने सारिआं दीआं धीआं भैणां नच्चणगीआं। ਆਪਣੀ ਗੱਲ ਹੀ ਨਹੀਂ ਹੋਈ ਜੀ। ਦੇਖੋ ਘਰ ਦੇ ਸਾਰੇ ਬੈਠੇ ਸੀ ਤਾਂ ਕਰਕੇ ਹਨਾ ਜੀ। ਹੁਣ ਦੱਸੋ ਕਿਵੇਂ ਜੀ ਤੁਸੀਂ? ਮੈਂ ਤਾਂ ਠੀਕ ਹਾਂ ਜੀ। ਲੱਗ ਗਿਆ ਸੀ ਤੁਹਾਡਾ ਵੈਸੇ ਉੱਥੇ ਜੀ? ਹਾਂ ਲੈ ਇੰਨਾ ਸੋਹਣਾ ਦੇਸ਼ ਆ ਉੱਥੇ ਸੀ ਜੀ ਤਾਂ ਐਵੇਂ ਲੱਗੀ ਜਾਂਦਾ। ਤੁਸੀਂ ਮੈਡਮ ਜੀ ਮੈਨੂੰ ਯਾਦ ਤਾਂ ਕੀਤਾ ਹੁਣ, ਮੈਂ ਪਤਾ ਜੀ ਮੈਂ ਰੋਜ਼ ਯਾਦ ਕਰਦਾ ਸੀ ਤੁਹਾਨੂੰ। ਹਾਂ ਇੱਥੇ ਬੈਠੀ ਹਾਂ ਮੈਂ ਸਲਮਾ ਤੇ ਮੈਂ ਨਵਾਉਣੀ ਨਹੀਂ, ਮੈਨੂੰ ਜ਼ੁਕਾਮ ਹੋ ਰਿਹਾ। ਕੋਈ ਨਾ ਨਵਾ ਦਾਂਗੀ। ਲੈ ਇੱਥੇ ਬੈਠੀ ਇਹਨਾਂ ਗੱਲਾਂ ਮਾਰੀ ਜਾਂਦੀ ਹੈ, ਨਾਲੇ ਆਹ ਕਿਹਦਾ ਹੈਗਾ? ਆਹ ਤਾਂ ਮੈਂ ਪਰਸ ਲੈ ਕੇ ਆਈ ਸੀ ਇਹਦੇ ਵਾਸਤੇ। ਲੈ ਇਹਨੂੰ ਪਰਸ ਨੂੰ ਕੀ ਹੋਇਆ ਸੀ, ਕੰਮ ਤੇ ਨਹੀਂ ਲੱਗਿਆ ਤਾਂ ਮੇਰੇ ਵਾਸਤੇ ਲੈ ਕੇ ਆਇਆ ਜੀ? ਦੇਖੇ ਸਾਰਾ ਦਿਨ ਇਹਨਾਂ ਨੂੰ ਪੂਜੀ ਜਾਓ, ਇਹਨਾਂ ਨੂੰ ਪੂਜੀ ਜਾਓ, ਦੱਸ ਇਹ ਕੀ ਕਰਦੇ ਨੇ? ਲੈ ਉਹਦੇ ਸਾਰਾ ਕੰਮ ਤਾਂ ਭੈਣ ਕਰਾ ਕੇ ਕਰਨ ਕੀ ਆਇਆ ਸਾਡੇ ਘਰ? ਹਾਂ ਕਿਹਦਾ ਫੋਨ ਆ ਜਾਂਦਾ? ਦਲਵੀਰੇ ਵੀਰੇ ਦਾ। ਸੁਣੀ ਕੀ ਕਹਿੰਦਾ? ਹੈਲੋ ਸਤਿ ਸ੍ਰੀ ਅਕਾਲ ਵੀਰੇ, ਸਤਿ ਸ੍ਰੀ ਅਕਾਲ। ਹਾਂ ਮੈਂ ਤਾਂ ਕਦੋਂ ਦੀ ਡਿੱਕੀ ਜਾਂਦੀ ਹਾਂ ਤੈਨੂੰ ਘਰੇ, ਬਾਅਦ ਤਾਂ ਮੇਰੀ ਜ਼ੁਕਾਮ ਤੇ ਬੁਖਾਰ ਜਿਹਾ ਹੋ ਗਿਆ ਸੀਗਾ, ਦਵਾਈ ਜੀ ਲੈ ਲਈ ਸੀ ਮੈਂ। ਹਾਂ ਸੋਹਣਾ ਜੀ ਆਣਾ ਜੀ ਕਰਾਟ ਤੇ ਕਿੰਨਾ ਕੁ ਟਾਈਮ ਹੋ ਗਿਆ? ਹਾਏ ਹਾਏ ਫੋਨ ਨਹੀਂ ਚੱਕਿਆ ਇਹਨਾਂ ਨੇ, ਕੀ ਹੋ ਗਿਆ? ਇਹ ਤਾਂ ਜੱਬਲ ਨੇ, ਇਹਨਾਂ ਨੂੰ ਕੀ ਪਤਾ ਹੈਗਾ ਕਿਸੇ ਕੰਮ ਦਾ। ਤੂੰ ਮੇਰੇ ਵਾਲੇ ਫੋਨ ਤੇ ਕਰਦਾ, ਅੰਦਰ ਮੈਂ ਪਈ ਸੀਗੀ ਉੱਥੇ ਹੀ ਕਰ ਦਿੰਦਾ ਮੈਨੂੰ ਫੋਨ ਮੇਰੇ ਵਾਲੇ ਫੋਨ ਤੇ। ਹਾਂ ਭੋਲੇ ਕਾ ਮੁੰਡਾ ਬੈਠਾ, ਉਹਨੂੰ ਭੇਜ ਦਿੰਦੇ ਹਾਂ ਫਿਰ ਅਸੀਂ। ਕਿੱਥੇ? ਚੰਗਾ ਹਾਂ ਠੀਕ ਆ, ਹਾਂ ਭੇਜ ਦਿਆਂ, ਤੂੰ ਫੋਨ ਕੱਟ ਮੈਂ ਭੇਜ ਦੀਆਂ। ਕਿੱਥੇ ਜਾਣਾ? ਦਲਵੀਰ ਅਖੜਾ ਘਰਾਟ ਤੇ ਜਾਣ ਲੈ ਕੇ ਆ। ਦੋਸਤੋ ਬੋਲੀ ਜਾਨੀ ਆ ਮਸਲ ਫਟੇ ਹੋਏ ਨੇ, ਥੋੜੀ ਟੇਪ ਚੇਪੀ ਲਾਉਣੀ ਪਊਗੀ, ਦੋ ਚਾਰ ਦਿਨ ਥੋੜਾ ਰੈਸਟ ਰੱਖਣਗੇ। ਨਹੀਂ ਨਹੀਂ ਵੱਡੀ ਗੱਲ ਨਾ, ਨਾ ਵੱਡੀ ਗੱਲ ਮੈਨੂੰ ਪਤਾ, ਦੱਸ ਨੀ ਰਿਹਾ। ਨਹੀਂ ਨਹੀਂ ਕੋਈ ਗੱਲ ਨਹੀਂ,
क्लब खोले अपने सारे डांस कर प्रभाव जे आप इथे आपदी हरी क्रांति लाए ना सारे गोरे गोरिया उरे आया करनी है बाबे तू पैजा स्लीप ही कर ला बड़े प्रेस वाली काम आगा पैजा पैजा कोई चक्कर नहीं डॉक्टर कंजर आप दी लूंगा तेरी क्यों लूंगा मैं नहीं लवाऊंगा भाई टीका ना रहने दे मैं गलास च पाके इनू पिया दूं यार घरे जाके कोई चक्कर नहीं ब्रो कोई गल नहीं फिर की है लाउणा पऊगा एक मिनट पता नहीं लगना सुनो बहुत कह जा लावी पता जड़ा लगी लाज आंदे फंडे ता चक ले ले क्लब भैन मरावे तू जाए जाती करा दी थी मेरे साले ने मेरी तो बड़िया क्लबा कोई चंगी गल कहूगा मेरा साथ ना दे ठीक ना कले ही जट कर दूगा दबड़ दबा तो अपने सैली नी हेलो प्रधान ब्लैक बुलां दे ना जाई ठीक है ना एदा हुण माड़ा मोटा सस्ता नशा कर लगे नहीं बुल तो आ हुंदे ती सारे मैनू रेड बुल कहिंदे ती रेड बुल आ किन्ने हो गए डेढ़ सौ रुपये लिख ली कोई नी कोई नी याद ही नी लैण लग गया तू देख लो सिमू बेटा कि फर्क इथे दा महीना प्या दो मेनू नजर नजर गोरे बिलीव ही नहीं करते चार पांच सेवन अंदर आ जा नजर लग चुकी किसी दबारी तेरे बाहर ना डोलो पानी पूनी नहीं मार दे है प्या दे क्या जी कोई ना इथे गया कोई चक्कर वाली गल नहीं पानी दो गिलास
ਦੱਸ ਲਿਆ ਦੇ ਸੀ ਗੱਲਾਂ ਮਾਰ ਲਾਂਗੇ ਇਹਨੇ ਹੋ ਸਿਸਟਰ ਕਿਵੇਂ ਹੋ ਮੈਂ ਵਧੀਆ ਵੀਰੇ ਲੈ ਤੂੰ ਗੱਡੀ ਵਾਲੇ ਨਾਲ ਕੀ ਕਰਨ ਗਿਆ ਸੀ ਆਪੇ ਅਗਲਾ ਸਮਰਾ ਲੈਂਦਾ ਜੇ ਤੁਸੀਂ ਤਾਂ ਪੈਸੇ ਦੇਣੇ ਸੀ ਉਹਨੂੰ ਨਹੀਂ ਨਹੀਂ ਜਦੋਂ ਆਪਣੇ ਨਾਲ ਬੰਦਾ ਗਿਆਗਾ ਉੱਥੇ ਤੇ ਇੱਥੇ 'ਚ ਬਹੁਤ ਫਰਕ ਆ ਸਿਸਟਰ ਉਹ ਕਿਵੇਂ ਉੱਥੇ ਇਹ ਗੱਲ ਇੱਥੇ ਤਾਂ ਹੁਣ ਪੁੱਛਦਾ ਨਹੀਂ ਕੋਈ ਬੰਦੇ ਨੂੰ ਬੰਦਾ ਹਾਂ ਉੱਥੇ ਜਦੋਂ ਹੈਲਪ ਕਰਦੇ ਆ ਨਾ ਉੱਥੇ ਬੰਦਾ ਬੰਦੇ ਦੀ ਹੈਲਪ ਕਰਦਾ ਕਿਉਂਕਿ ਉਹ ਆਪਣੇ ਨਾਲ ਗਿਆ ਸੀਗਾ ਉਹਦੀ ਜੌਬ ਸੀ ਵਿਚਾਰੇ ਦੀ ਨਹੀਂ ਮੈਂ ਉਹਦੇ ਨਾਲ ਗਿਆ ਖੁਦ ਮੈਂ ਲੋਨ ਕਰਵਾਇਆ ਲੋਨ ਕਰਵਾ ਕੇ ਬੀਮਾ ਆ ਜਾਣਾ ਉਹਦਾ ਗੱਡੀ ਖਾਸੀ ਫੁੱਟ ਗਈ ਗੱਡੀ ਫਿਰ ਉਹ ਕਿਹੜਾ ਉੱਧਰ ਦਾ ਹੈ ਤਾਂ ਇੱਧਰ ਦਾ ਸੀ ਉਹ ਨਹੀਂ ਨਹੀਂ ਹੈਲਪ ਤਾਂ ਹੈਗੀ ਨਾ ਜੇ ਆਪਾਂ ਫੋਲੋ ਨਹੀਂ ਕਰਾਂਗੇ ਚੀਜ਼ਾਂ ਤਾਂ ਆਪਾਂ ਇੱਥੋਂ ਕਿਵੇਂ ਉਹ ਕਰਾਂਗੇ ਅਵਾਇਰਮੈਂਟ ਸੈੱਟ ਅੱਛਾ ਹੁਣ ਮੈਂ ਉੱਥੋਂ ਕਈ ਗਿਆਨ ਇਕੱਠਾ ਕਰਕੇ ਲਿਆਇਆਂਗਾ ਤਾਂ ਇੱਥੇ ਆ ਕੇ ਉਹ ਯੂਜ਼ ਕਰਨਾ ਅੱਛਾ ਅੱਛਾ ਤੇ ਕੀ ਕਹਿੰਦੇ ਹੁੰਦੇ ਨੇਗੇ ਫਿਰ ਜੀਜੂ ਲੱਗ ਗਿਆ ਸੀ ਹਾਂ ਜੀ ਮੇਰਾ ਦੋ ਤਿੰਨ ਦਿਨ ਤਾਂ ਨਹੀਂ ਲੱਗਿਆ ਪਾਣੀ ਹਾਂ ਜਾਇ ਕਰੇ ਸੀ ਸਿਕਰਟ ਗੱਲਾਂ ਕਰਾਂਗੇ ਤੂੰ ਘਰੇ ਪੈ ਜਾ ਬਦੇ ਕੀ ਗੱਲ ਕਰੋਗੇ ਕੀ ਕਰ ਸਿਕਰਟ ਹੁੰਦੀਆਂ ਨੇ ਹਾਂ ਕੋਈ ਨਾ ਕੋਈ ਤਾਂ ਪੈ ਜਾਣ ਦੇ ਉਹਨੂੰ ਵੀ ਬੱਚਾ ਆਪਣਾ ਸਟੂਡੈਂਟਸ ਦਾ ਸਰ ਜੀ ਮੇਰੇ ਵਾਸਤੇ ਕੀ ਲੈ ਕੇ ਆਏ ਤੁਹਾਡੇ ਵਾਸਤੇ ਗਿਆਨ ਲੈ ਕੇ ਆਇਆ ਬੇਟਾ ਜਿਹੜਾ ਤੁਹਾਨੂੰ ਦੱਸੂਗਾ ਮੈਂ ਹਾਂ ਪਰਸ ਲੈ ਕੇ ਉਹ ਤਾਂ ਰੱਜਿਆ ਨਹੀਂ ਹਜੇ ਫਿਰ ਉਹ ਤਾਂ ਮੈਡਮ ਲੈ ਕੇ ਆਈ ਹੈਗੀ ਹੈ ਮੇਰੀ ਗੱਲ ਸੁਣੋ ਜਿਵੇਂ ਸਿਸਟਰ ਜਿਵੇਂ ਤੁਸੀਂ ਇਹਦੇ ਮਾਰ ਰਹੇ ਸੀ ਨਾ ਹੁਣ ਹਾਂ 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 ਇੱਕ ਹੋਰ ਮਾਰਨਾ ਇਹਨੇ ਜੇ ਪੁਲਿਸ ਨੂੰ ਫੋਨ ਕਰਤਾ ਉੱਥੇ ਜੇ ਆਸਟ੍ਰੇਲੀਆ ਇਹ ਗੱਲ ਹੁੰਦੀ ਜੇ ਪੁਲਿਸ ਨੂੰ ਫੋਨ ਕਰ ਦਿੰਦਾ ਤਾਂ ਤੇਰੇ ਤੇ ਪਰਚਾ ਹੁੰਦੀ ਸਿੱਧਮ ਸਿੱਧਾ ਪੁੱਛ ਕਿਉਂ ਹੁਣ ਨੂੰ ਮੇਰੇ ਤੇ 20 25 ਕੇਸ ਹੁੰਦੇ ਤੇ ਸਾਡਾ ਜਾਣ ਤੋਂ ਬਾਅਦ ਨਾ ਝੰਮਤਾ ਉਹ ਤਾਂ ਫਿਰ ਇਹੋ ਹੀ ਆ ਨਾ ਮੈਂ ਹੁਣ ਫੋਨ ਕਰਦਾ ਹੀ ਪੁਲਿਸ ਵਾਲਿਆਂ ਨੂੰ ਆਸਟ੍ਰੇਲੀਆ ਨਹੀਂ ਹੈਗਾ ਇਹ ਆਸਟ੍ਰੇਲੀਆ ਨਹੀਂ ਹੈਗਾ ਇਹ ਐ ਤਾਂ ਕੁੱਟਦੀ ਵਾਲਾ ਜੀ ਜਾ ਜਾ ਅਸੀਂ ਸਿਕਰਟ ਗੱਲਾਂ ਕਰਨੀਆਂ ਨੇ ਕੋਈ ਨਾ ਬਹਿ ਜਾਣ ਦੇ ਬਹਿ ਜਾਣ ਸਿੱਖ ਲੂਗਾ ਕੁਛ ਸਿੱਖ ਲੂ ਥੋੜੇ ਮੂਰਖ ਹੋਏ ਹੋਏ ਨੇ ਇੰਡੀਆ ਦੇ ਬੱਚੇ ਇੱਧਰ ਅੱਛਾ ਹਾਂ ਇਹਨ ਤਾਂ ਮੇਰੀ ਗੱਲ ਸੁਣ ਵੀਰੇ ਤੂੰ ਹੁਣ ਆ ਗਏ ਨੇ ਤਾਂ ਸਮਾਰ ਕੇ ਸਿਖਾਈ ਮੈਂ ਤਾਂ ਕੋਈ ਨਾ ਘਰੇ ਰਹਿਣੀ ਹੱਥ ਨੂੰ ਤੜਕੇ ਸਿੱਖੀ ਲਊਂਗੀ ਪਰ ਇਹਦੀ ਬੰਬਲੀ ਬਣਾ ਦੀ ਕੋਈ ਨਾ ਤੇ ਉਹ ਕਿੱਥੇ ਗਈ ਤੁਹਾਡੀ ਦੀਦੀ ਸਾਡੀ ਤੁਹਾਡੀ ਟ੍ਰੇਨਿੰਗ ਲੱਗੀ ਸੀ ਭਾਬੀ ਹੈ ਟ੍ਰੇਨਿੰਗ ਲੱਗੀ ਸੀ ਜੀ ਬਾਬਾ ਹਾਂ ਬੇਟਾ ਹਾਂ ਮੇਰੀ ਟ੍ਰੇਨਿੰਗ ਦੀਦੀ ਕਰੀ ਜਾਂਦਾ ਮੇਰੀ ਤਾਂ ਭਾਬੀ ਲੱਗੀ ਹੁਣ ਤਾਂ ਦੀਦੀ ਲੱਗੀ ਉੱਥੇ ਹੁਸਨ ਦਾ ਉੱਥੇ ਤੁਰਿਆ ਫਿਰਦਾ ਅੱਛਾ ਮੇਰੇ ਵਾਸਤੇ ਕੁਛ ਉਹ ਦੇਖਿਆ ਫਿਰ ਸਮਾਨ ਸੱਪਾ ਹਾਂ ਮੈਂ ਮੁੰਡਾ ਦੇਖ ਲਿਆ ਤੇਰੇ ਖਾਤਰ ਗੋਰਾ ਹਾਂ ਹਾਂ ਬਲਾਈ ਗੋਰਾ ਹੋ ਚੱਲ ਵਧੀਆ ਇਹਨੂੰ ਭੇਜ ਦੇ ਕੁੱਟਦੀ ਬਾਹਲ ਹੋਈ ਮੈਂ ਆਪਾਂ ਸਾਗਨ ਕਰਾਂਗੇ ਤੇਰਾ ਨਾਮ ਉਹਦਾ ਹੈਗਾ ਰੌਚ ਨਾਮ ਹੈਗਾ ਉਹਦਾ ਅੱਛਾ ਹਾਂ ਤੇ ਉਹਨੂੰ ਮੈਂ 1 ਸੈਂਟ ਦੇਤਾ ਸਾਗਨ ਦਾ ਸੈਂਟ ਲੈ ਉਹਨੂੰ ਕਫੜਾ ਕੇ ਮੈਨੂੰ ਲਿਆ ਦਿੰਦਾ ਮੈਂ ਕੱਪੜੇ ਦੋ ਦਿਨ ਨਾ ਧੋਂਦੀ ਉਹ ਮੇਰੀ ਮਾਂ ਉਹ ਸੈਂਟ ਨਹੀਂ ਹੈਗਾ ਇਦਾਂ ਵਾਲਾ ਹਾਂ ਉਧਰ ਜਿਵੇਂ ਆਪਣੀ 1 ਰੁਪਿਆ ਠੋਲੂ ਹੈ ਉਧਰ ਠੋਲੂ 1 ਰੁਪਏ ਨੂੰ 1 ਸੈਂਟ ਕਹਿੰਦੇ ਨੇ ਉਧਰ ਕਰੰਸੀ ਜੀ ਹਾਂ ਡਾਲਰਾਂ ਦੇ ਵਿੱਚ ਜਿਹੜਾ ਉਹ ਹੈਗਾ ਉਹ 1 ਸੈਂਟ ਹੈ ਹੁਣ ਮੈਂ ਕਰਾਉਣ ਦੇ ਵਿੱਚ ਚਲਾ ਗਿਆ ਗੱਲ ਸੁਣਨ ਵਾਲੀ ਹੈ ਜਦੋਂ ਮੈਂ ਕਰਾਉਣ ਦੇ ਵਿੱਚ ਚਲਾ ਗਿਆ ਉੱਥੇ ਸੱਟਾ ਲੱਗਦਾ ਆਪਣਾ ਗੇਮਾਂ ਖੇਡਦੇ ਨੇ ਇਦਾਂ ਹਾਂ ਜਦੋਂ ਗੇਮਾਂ ਖੇਡਦੇ ਨੇ ਉਹ ਕਰਾਉਣ ਦੇ ਵਿੱਚ ਇੱਕ ਪਿੱਲਰ ਸੀਗਾ ਬਹੁਤ ਵੱਡਾ ਅੱਛਾ ਜੀ ਹਾਂ ਕੀ ਹੁੰਦਾ ਉਹ ਉਹ ਕੌਲਾ ਨਹੀਂ ਹੁੰਦੀ ਕੌਲਾ ਹੁੰਦਾ ਕੌਲਾ ਸੀਗਾ ਆਪਣੇ ਅੱਛਾ ਅੱਛਾ ਹਾਂ ਇੱਕ ਬਹੁਤ ਵੱਡਾ ਕੌਲਾ ਸੀ ਕੌਲੇ ਦੇ ਵਿੱਚ 1 ਮਿਲੀਅਨ ਸੈਂਟ ਸੀਗਾ ਅੱਛਾ ਹਾਂ 1 ਮਿਲੀਅਨ ਸੈਂਟ ਸੀਗਾ ਉਹ ਅੰਦਾਜ਼ਾ ਮੈਂ ਲਾਇਆਗਾ ਉਹ ਗਿਆਨ ਮੈਂ ਇਕੱਠਾ ਕੀਤਾਗਾ ਤੇ ਹੁਣ ਮੈਂ ਇੱਥੋਂ ਬਿਹਾਰ ਨੂੰ ਦੱਸ ਦੂੰਗਾ ਮੋਹਾਲੀ ਬੋਰਡ ਨੂੰ ਵੀ ਤੁਸੀਂ ਆ ਵੀ ਸਟੂਡੈਂਟਾਂ ਨੂੰ ਦੱਸੋ ਵੀ ਉਹ ਬਾਹਰਲੀਆਂ ਕੰਟਰੀਆਂ ਤੇ ਆਪਣੀ ਕੰਟਰੀ 'ਚ ਕੀ ਫਰਕ ਹੈ ਅੱਛਾ ਧਰਤੀ ਸੇਮ ਹੈ ਧਰਤੀ ਸੇਮ ਹੈ ਵਿਦ ਰੈਗੂਲੇਸ਼ਨ ਵਿਦ ਰੂਲਸ ਐਂਡ ਵਿਦ ਫੋਲੋਸ ਫਿਰ ਤਾਂ ਤੂੰ ਆਈ ਹੈਵ ਰੀਚ ਬਲਾਈ ਕੁਛ ਸਿੱਖਿਆ ਮੈਂ ਤਾਂ ਇਹ ਕਹਿਤਾ ਇਹਨਾਂ ਨੂੰ ਆ ਗਏ ਲੈ ਉਹਦੇ ਨਾਲ ਹੀ ਤਾਇਆ ਤੇ ਦੱਸੇ ਇਹਨੂੰ ਮਿਲਣ ਕੀ ਹੋਇਆ ਨਹੀਂ 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 ਉੱਥੇ ਹੈਗਾ ਉੱਥੇ ਕਰਦੇ ਐਦਾਂ ਗੋਰੇ ਗੋਰੇ ਕਿਉਂਕਿ ਆਪਾਂ ਹੁਣ ਗੋਰੇ ਵਾਲੀ ਘਰੇ ਮਾਹੌਲ ਰੱਖਣਾ ਹੈ ਹਾਂ ਹਾਂ ਅੱਛਾ ਮੇਰੇ ਬੈਗ ਕਿੱਥੇ ਆ ਨਹੀਂ ਮੈਡਮ ਜੀ ਹਾਂ ਚੱਲ ਹੈ ਆਮ ਹੋ ਵੀ ਨਹੀਂ ਰੱਖਦੇ ਉੱਥੇ ਆ ਆ ਪਰਚਾ ਵੀ ਹੋ ਜਾਂਦਾ ਤੈਨੂੰ ਤਾਂ ਮੈਂ ਪੂਰਾ ਗੋਰਾ ਬਣਾ ਦਿੰਦਾ ਮੈਂ ਆਹ ਗੱਲ ਚਿੱਤਰ ਖਾਂਦਾ ਤੈਨੂੰ ਤਾਂ ਮੈਂ ਪੂਰਾ ਗੋਰਾ ਬਣਾ ਦਿੰਦਾ ਜਾਣ ਕੇ ਨਹੀਂ ਮਾਰਦੀ ਇਹਦੇ ਆਹ ਗੱਲ ਬੱਚੇ ਨੂੰ ਆਂਦੇ ਕੁੱਟਣ ਲੱਗੇ ਮੇਰੇ ਬੱਸ ਨਹੀਂ ਨਹੀਂ ਹੈ ਮੈਂ ਰੂਲ ਸਿਖਾਉਣੇ ਮੈਂ ਉੱਥੇ ਲਾ ਲੈ ਦਿਸਾਂ ਵੀ ਮੈਂ ਵਿਦ ਸਿੰਬੂ ਤੇ ਰੂਲ ਕਰ ਮੈਂ ਤਾਂ ਹੁਣ ਇਹ ਗੱਲ ਕਹੀ ਤੀ ਆ ਭਾਬੀ ਨੂੰ ਵੀ ਹੈਨਾ ਪਰਸ ਕਿੱਥੇ ਆ ਮੇਰਾ ਕਿਹੜਾ ਪਰਸ ਜਿਹੜਾ ਮੈਂ ਤੁਹਾਨੂੰ ਦੇ ਕੇ ਆਈ ਸੀ ਪਰਸ ਓਏ ਫੱਕ ਕੀ ਹੋ ਗਿਆ ਜੀ ਓਏ ਯਾਰ ਪਰਸ ਤਾਂ ਗੱਡੀ ਦੇ ਵਿੱਚ ਰਹਿ ਗਿਆ ਪੈਸੇ ਮੇਰਾ ਮੇਕਅਪ ਦਾ ਸਾਰਾ ਸਮਾਨ ਉਸ 'ਚ ਸੀ ਉਹ ਗੱਡੀ ਦੇ ਕੋਈ ਗੱਲ ਨਹੀਂ ਗੱਡੀ ਵਾਲੇ ਜਾਣਦਾ ਆਪਾਂ ਗੱਡੀ ਦੇ ਵਿੱਚ ਰਹਿ ਗਿਆ ਪਰਸ ਅਸੈਟ ਕੋਈ ਗੱਲ ਨਹੀਂ ਕੋਈ ਨਾ ਏਡੀ ਜੀ ਗੱਲ ਹੋ ਗਈ ਜਸਨੀਤ ਫੋਨ ਕਰਕੇ ਜਾਇਓ ਜੀ ਕੋਈ ਨਾ ਕੋਈ ਗੱਡੀ ਨਾਲ ਜਾਣਦਾ ਬਹੁਤ ਫਰੈਂਡ ਵੀ ਚੱਲ ਕਰ ਭਾਬੀ ਤੂੰ ਚਾਹ ਬਣਾ ਦੇ ਤਿੰਨਾਂ ਵਾਸਤੇ ਕੁੱਟ ਕੁੱਟ ਐਸ ਗੱਲਾਂ ਮਾਰ ਲਈ ਮਿੱਤੇ ਤੂੰ ਬਣਾ ਦੇ ਲੈ ਮੈਂ ਤਾਂ ਗੱਲਾਂ ਨਹੀਂ ਮਾਰਨੀ ਹੈਗੀ ਤੂੰ ਸਾਰੀ ਦਿਹਾੜੀ ਨਾਲ ਹੀ ਰਹਿਣੀ ਉੱਥੇ ਮਾਰ ਲਈ ਆਈ ਹੈ ਮੇਰਾ ਤਾਂ ਟਿੱਡੀ ਨਹੀਂ ਹੋਣਾ ਹੁੰਦਾ ਗੱਲਾਂ ਕਰਕੇ ਆ ਮੈਨੂੰ ਪਤਾ ਲੱਗ ਗਿਆ ਮੈਂ ਜਿਵੇਂ ਪੰਜਾਬ ਚ ਆ ਗਿਆ ਆ ਕੁਛ ਨਹੀਂ ਦੀ ਉੱਥੇ ਛੋਟੇ ਕਿਚ ਕਿਚ ਨਹੀਂ ਹੈਗੀ ਉੱਥੇ ਫਿਰ ਭਾਈ ਇਹ ਜੇ ਕੰਮਾਂ ਖਾਤਰ ਟਾਈਮ ਨਹੀਂ ਹੈਗਾ ਉਹਨਾਂ ਕੋਲੇ ਚਾਹ ਪੀਓਗੇ ਨਹੀਂ ਪੀਓਗੇ ਜੀ ਬਲੈਕ ਟੀ ਕਰ ਲਓ ਥੋੜੀ ਜੀ ਨੋ ਸ਼ੂਗਰ ਕਰ ਲਓ ਇਹ ਕੀ ਹੁੰਦੀ ਹੈ ਮੈਨੂੰ ਵੀ ਬਣਾ ਦੇ ਫਿਰ ਤਾਂ ਨਵੀਂ ਚੀਜ਼ ਆ ਗਈ ਨਵੀਂ ਚੀਜ਼ ਚਾਹ ਮੈਂ ਕੀ
ਬਲੈਕ ਟੀ ਜਿਵੇਂ ਕਾਫੀ ਹੋ ਗਈ ਹਾਂ ਐਦਾਂ ਉੱਥੇ ਚਾਹ ਨਹੀਂ ਐਦਾਂ ਹੁੰਦੀ ਜੇ ਪੀਣੀ ਆ ਕਿਸੇ ਨੇ ਤਾਂ ਪੀ ਸਕਦਾ ਕੋਈ ਹੈਨਾ ਹਾਂ ਐਦਾਂ ਨਹੀਂ ਐਦਾਂ ਜਿਵੇਂ ਹੁਣ ਗੋਰੇ ਉੱਥੇ ਪੀਂਦੇ ਨੇ ਲੱਤੇ ਹਾਂ ਕੀ ਲੱਤਾਂ ਪੀਂਦੇ ਨੇ ਜੀ ਹੈ ਲੱਤਾਂ ਪੀਂਦੇ ਨਹੀਂ ਲੱਤਾਂ ਖਾਂਦੇ ਨੇ ਲੱਤਾਂ ਖਾਂਦੇ ਨੇ ਯਾਰ ਜੀ ਤੁਸੀਂ ਕਿ ਤੁਸੀਂ ਕਹੇ ਹਾਂ ਗੋ ਜਾ ਗੋ ਕੀ ਹੋ ਗਿਆ ਜੀ ਫੇਰ ਗੱਲ ਕਰਾਂਗੇ ਗੋ ਹਾਂ ਐ ਖਾਂਦਾ ਇਹ ਲੱਤਾਂ ਮੈਨੂੰ ਤਾਂ ਐ ਸੀਗਾ ਮੈਂ ਤਾਂ ਯੂਜ਼ ਕਰੂੰਗਾ ਪਰ ਮੈਨੂੰ ਨਹੀਂ ਲੱਗਦਾ ਇਹ ਸੁਧਰਨਗੇ ਮੇਰੀ ਗੱਲ ਤਾਂ ਸੁਣ ਲੈ ਵੀਰੇ ਹਾਂਜੀ ਹਾਂਜੀ ਮੈਂ ਕਹਿੰਦੀ ਸੀ ਮੈਂ ਭਾਬੀ ਨਾਲ ਵੀ ਗੱਲ ਕੀਤੀ ਸੀ ਕਾ ਹੈ ਤੇ ਹਨਾ ਤੂੰ ਡੀਪੀ ਮਾਸਟਰ ਤਾਂ ਹੁਣ ਮੈਂ ਕਹਿੰਦੀ ਹਾਂ ਅੰਗਰੇਜ਼ੀ ਵਾਲਾ ਮਾਸਟਰ ਬਣ ਜਾ ਹੁਣ ਤਾਂ ਇਹਨੇ ਅੰਗਰੇਜ਼ੀ ਤਾਂ ਸਿੱਖਿਆ ਹੈ ਨਹੀਂ ਨਹੀਂ ਡੀਪੀ ਮਾਸਟਰ ਠੀਕ ਹੈ ਡੀਪੀ ਮਾਸਟਰ ਆਪਦੀ ਥਾਵਾਂਗਾ ਹਾਂ ਜਿਹੜਾ ਕਿਉਂਕਿ ਗਿਆਨ ਹੈ ਜਿਹੜਾ ਗਿਆਨ ਕਿਤੋਂ ਵੀ ਲੈ ਲਓ ਹੁਣ ਬਾਹਰ ਨੇ ਰੂਲਸ ਨੇ ਜਿਹੜੇ ਆਪਾਂ ਰੂਲ ਇੱਥੇ ਫੋਲੋ ਕਰਨੇ ਆ ਹਾਂ ਇੱਥੇ ਮੈਂ ਹੁਣ ਅਭਿਆਨ ਨੂੰ ਮਹਾਲੀ ਬੋਰਡ ਨੂੰ ਆਖੂੰਗਾ ਵੀ ਜਿਹੜੇ ਮੇਰੇ ਰੂਲਸ ਨੇ ਮੇਰੇ ਰੂਲਸ ਤੁਸੀਂ ਅੱਡ ਰੱਖ ਲਓ ਰਜਿਸਟਰ ਦੇ ਵਿੱਚ ਅੱਡ ਰੱਖ ਲਓ ਵੀ ਦਲਵੀਰ ਮਾਸਟਰ ਦੇ ਰੂਲਸ ਇਹ ਨੇ ਠੀਕ ਹੈ ਕਿਉਂਕਿ ਮੈਂ ਉੱਥੋਂ ਬਹੁਤ ਕੁਝ ਸਿੱਖ ਕੇ ਆਇਆ ਕੀ ਸਿੱਖਿਆ ਆ ਇਹ ਤਾਂ ਗੱਲਾਂ ਦੱਸੀਆਂ ਹੁਣ ਸਾਰਾ ਐਂ ਥੋੜੀ ਦੱਸਣਾ ਕੋਈ ਨਾ ਹੌਲੀ ਹੌਲੀ ਦੱਸੂਗਾ ਤੂੰ ਮੈਨੂੰ ਕੁਐਸਚਨ ਪੁੱਟ ਕਰ ਵੀ ਕਿਹੜਾ ਪੁੱਛਣਾ ਮੈਂ ਤੈਨੂੰ ਉਹਦੇ ਬਾਰੇ ਦੱਸ ਦੂਗਾ ਉਧਰ ਗੋਹਾ ਗੂ ਮੱਝਾਂ ਮੁੱਝਾਂ ਹੈਗੀਆਂ ਤੀ ਛੋਟੋ ਗੋਹੇ ਕੂੜ ਚੋਂ ਨਾ ਤੁਸੀਂ ਨਿਕਲਿਓ ਉੱਥੇ ਗਾਵਾਂ ਨਹੀਂ ਆ ਉੱਥੇ ਬੀਫ ਨੇ ਜਿਵੇਂ ਉੱਥੇ ਆਪਣਾ ਕਹਿ ਦੋ ਤੁਸੀਂ ਵੀ ਮੀਟ ਦੇ ਵਿੱਚ ਕੰਮ ਆਉਂਦੇ ਨੇ ਉਹ ਬੀਫ ਅੱਛਾ ਹਾਂ ਉੱਥੇ ਦੁੱਧ ਵਾਲੀਆਂ ਗਾਈਆਂ ਬਹੁਤ ਘੱਟ ਨੇਗੀਆਂ ਉਹ ਕੀਤੀ ਫਾਰਮਾਂ ਦੇ ਵਿੱਚ ਹੈਗੀਆਂ ਨੇ ਠੀਕ ਆ ਫਿਰ ਤਾਂ ਦੁੱਧ ਦਾ ਬਲਾਈ ਔਖਾ ਨਾ ਉਧਰ ਫਿਰ ਆਪਾਂ ਮੇਰੀ ਗੱਲ ਸੁਣ ਆਪਾਂ ਦੋ ਤਿੰਨ ਮੱਝਾਂ ਲੈ ਕੇ ਵਗ ਜਾਂਦੇ ਉਧਰ ਆਪਣਾ ਵਧੀਆ ਕੰਮ ਵਗ ਚੱਲੂਗਾ ਹੈ ਤੂੰ ਚਾਹ ਕਰਵਾ ਨਾਲ ਦੀਦੀ ਨੇ ਹੈ ਚਾਹ ਬਣਵਾ ਮੈਂ ਚੱਲ ਮੈਂ ਬਣਵਾਉਣੀ ਆ ਮੇਰਾ ਮਾਈਂਡ ਨਾ ਖਰਾਬ ਕਰੋ ਤੁਹਾਨੂੰ ਦੱਸਾਂ ਮੈਂ ਤੇ ਮੈਂ ਕਹਿ ਦਿੱਤੀ ਓਹੋ ਆ ਆਪਣਾ ਕੀ ਕਹਿੰਦੇ ਹੁੰਦੇ ਨੇਗੇ ਆ ਕੱਪੜੇ ਬਦਲ ਕੇ ਹੁਣ ਮੱਝਾਂ ਨੂੰ ਕੱਖ ਪਾ ਦੇ ਬਹੁਤ ਟਾਈਮ ਹੋ ਗਿਆ ਗਏ ਨੂੰ ਸਟੱਡੀ ਵੀਜ਼ਾ ਕਿਉਂ ਨਾ ਪਾਤਾ ਮੈਂ ਉੱਥੇ ਇੱਥੇ ਮੱਝਾਂ ਨੂੰ ਕੱਖ ਪਾਉਣੇ ਪੈਣਗੇ ਮੈਂ ਡੀਪੀ ਮਾਸਟਰ ਦੀ ਇੱਜ਼ਤ ਹੀ ਨਹੀਂ ਪੈਣ ਦੀ ਸਨੇਕ ਆ ਜਾ ਦਲਵੀਰ ਆ ਗਿਆ ਓਏ ਓ ਦਲਵੀਰ ਆ ਗੋਭੀ What name? I'm from country. What pigeon rakhda tu pigeon? Kabutar rakh ha? Rakh de. Babbe ki hal hai babbe? Ki naam hai tera? Kaka khushi wala. Kaka khushi wala babbe. Babbe yaar main coming. Be tarsda di babbe teri roo nu babbe. Baaji wale ne babbe. Ha pure baaji wale. Come in country. Oh inu angrezi nahi samajhdi punjabi ch gall karda kyon ohde jher paun wali karkhi hai bechare de. Bas tenu pata angrezi aundi nahi. ਬ੍ਰਾਊਨੀ ਕਰ ਦਾਂਗੇ ਉਹਦੀ ਹੈ ਕੋਈ ਚੱਕਰ ਦਾ ਨੀ ਕਿੰਨੇ ਪੀਸਨ ਨੇ ਆਪਣੇ ਕੋਲ ਬਾਬੇ ਬਹੁਤ ਹੈ ਕਿੰਨੇ ਪੀਸਨ ਨੇ ਆਪਣੇ ਕੋਲ ਬਹੁਤ ਨੇ ਬਾਬੇ ਇੱਕ ਫੋਨ ਕਰਦੀ ਸੇਵਾ ਕਰੋ ਹਾਂ ਕੋਈ ਚੱਕਰ ਨੀ ਬਾਬੇ ਅੰਦਰ ਬੈਠੋ ਬਾਹਰਲੇ ਮੁਲਕ ਅੰਦਰ ਬੈਠੋ ਬਾਬੇ ਕੋਈ ਚੱਕਰ ਹੀ ਨੀ ਯਾਰ ਅੰਦਰ ਆਓ ਬੈਠ ਬਾਈ ਗੱਲ ਸੁਣੋ ਖੁਸ਼ੀ ਵਾਲਿਆ ਆ ਬਾਬੇ
ਅੰਦਰ ਬੈਠ ਬੰਡਿਆ ਅੱਛਾ ਬਿਠਾਓ ਉਰੇ ਬਾ ਹੋਰ ਸੁਣਾ ਬਾਬੇ ਲੈ ਬਸ ਹੀ ਹੋਰਾ ਠੀਕ ਨੇ ਬਈ ਵਨ ਮਿੰਟ ਸਾਲਾ ਜੀ ਤੁਸੀਂ ਹਾਂ ਬੋਲ ਥੋੜਾ ਜਿਹਾ ਉਹ ਤੂੰ ਮੇਰੀ ਗੱਲ ਸੁਣ ਲੈ ਭਾਈ ਤੂੰ ਬਾਹਰ ਜਾ ਕੇ ਹੋਰੇ ਔਲੀਆਂ ਬੋਲਣ ਲੱਗ ਗਿਆ ਬੰਦੇ ਨੂੰ ਕਿਉਂ ਆਈਡੀ ਦੀ ਆ ਤੇਰੀ ਇੰਸਟਾਗ੍ਰਾਮ ਦੀ ਬਈ ਚੋਰੀ ਚੋਰੀ ਕਰ ਲੈਣਗੇ ਨੋ 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 ਹਾਂ ਇੰਸਟਾਗ੍ਰਾਮ ਦੀ ਆਈਡੀ ਦੇ ਦੇ ਵਿਕਰਮ ਆ ਜੀ ਮੇਰੀ ਗੱਲ ਸੁਣੋ ਆ ਦੇਖ ਲੈ ਭਾਈ ਦੇ ਤੇ ਕੋਈ ਚੱਕਰ ਨਹੀਂ ਭਰਾ ਸਾਲਾ ਪਤਾ ਨਹੀਂ ਕੀ ਪਹਿਲਾਂ ਆ ਬੋਲੋ ਹੋ ਕੇ ਆ ਗਿਆ ਬਾਹਰ ਹੁਣ ਆ ਆ ਕੇ ਬਿਠਿਆ ਦਿੰਦੇ ਭਾਈ ਜਾਣਦੇ ਨਹੀਂ ਬੋਲਦੇ ਆਈਡੀ ਨਹੀਂ ਆ ਇੰਸਟਾ ਦੀ ਆ ਕੌਣ ਨਹੀਂ ਵੀਡੀਓ ਕਾਲ ਕੋ ਲਾਓ ਮੈਨੂੰ ਮੱਥਨੇ ਮੈਨੂੰ ਉੱਪੀ ਜਾਂ ਦਿਖਾ ਦੀ ਸਾਰੇ ਚੰਗਾ ਇਹ ਕਿਹੜੀ ਰਿਸ਼ਤੇਦਾਰ ਨਹੀਂ ਤਾਂ ਦੱਸ ਦੇ ਤੂੰ ਗਲਾਸ ਭਰਨਾ ਜੀ ਭਾਈ ਹੋਰ ਪੇਟੀ ਦੀ ਚਾਬੀ ਦੇ ਦੇ ਕੁੜੀਏ ਤਾਇਆ ਜੀ ਮੇਰੇ ਪ੍ਰੌਣੇ ਨੇ ਤਾਇਆ ਜੀ ਪ੍ਰੌਣੇ ਤਾਇਆ ਜੀ 1 ਮਿੰਟ ਮੇਰੀ ਗੱਲ ਚੱਕਰ ਨਹੀਂ ਬਾਬੇ ਆਹ ਹੀ ਐਡੀ ਤੇਰੀ ਮੈਡੀ ਲੈ ਲਓ ਸਮਝਾਓ ਇਹਨਾਂ ਨੂੰ ਮੜਾ ਜਾ ਕੀ ਸਮਝਾਵਾਂ ਸਾਰਾ ਜੀ ਮੇਰੀ ਗੱਲ ਸੁਣੋ ਤੁਸੀਂ ਬਹਿ ਤਾਂ ਜਾਓ ਮੇਰੀ ਗੱਲ ਸਾਨੂੰ ਕੀ ਕਰਾ ਲੈ ਬਾਹਰੋਂ ਤੁਸੀਂ ਓਏ ਯਾਰ ਕੁਝ ਨਹੀਂ ਕਰਵਾ ਕੇ ਲੈ ਮੇਰੀ ਗੱਲ ਦਿਮਾਗ ਖਰਾਬ ਹੋ ਗਿਆ 1 ਮਿੰਟ ਪਰਾ ਸਾਲਾ ਗੋਭੀ ਦੇ ਪੱਤੇ ਕੱਟੀ ਜਾਂਦਾ ਕਰੇਲਿਆਂ ਦੀ ਬੇਲ ਕੱਟਦੀ ਹੋਰੇ ਪਤਾ ਨਹੀਂ ਕੀ ਔਲੀਆਂ ਬੋਲੀਆਂ ਜਾਂ ਮਰੀ ਜਾਂਦਾ ਨਾ ਸਾਲਾ ਦੀ ਭਾਸ਼ਾ ਸਮਝੋ ਕੀ ਆ ਪਤਾ ਨਹੀਂ ਕੋਈ ਦਾ ਖਾਨ ਕੀ ਪਾਈ ਫਿਰਦਾ ਮੈਂ ਕੱਟ ਰਿਹਾ ਯਾਰ ਫੋਲੋ ਮਾਰ ਮੇਰਾ ਸਾਲਾ ਕੱਛਾ ਤੁਹਾਨੂੰ ਤੱਕ ਚਾੜ ਕੇ ਰੱਖਦਾ ਮੈਂ ਤੈਨੂੰ ਰਿਕਵੈਸਟ ਭੇਜ ਸਿੱਖ ਕੇ ਆ ਗਏ ਰਿਕਵੈਸਟ ਭੇਜ ਦਿੱਤੀ ਤੈਨੂੰ 1 ਮਿੰਟ 1 ਮਿੰਟ ਕੀ ਪਤਾ ਨਹੀਂ ਕੀ ਹੋ ਪਤਾ ਨਹੀਂ ਕੀ ਕੁਝ ਬੋਲੀ ਜਾਂਦਾ ਮੈਂ ਤਾਂ ਨਾ ਪੱਲੇ ਪਵੇ ਬਾਬੇ ਯਾਰ ਪੈਣ ਦੀ ਆਪਣੇ ਮੈਂ ਬਾਬਾ ਜੀ ਮੈਂ ਬਾਬਾ ਨੇ ਯਾਰ ਬਾਬਾ ਯਾਰ ਬਾਬਾ ਯਾਰ ਸਾਲਾ ਜੀ ਮੇਰੀ ਗੱਲ ਸੁਣੋ ਬੈਡਾਂ ਦੇ ਪਾ ਦੇ ਭਾਈ ਇਹਨਾਂ ਨੂੰ ਥੋੜਾ ਜਿਹਾ ਹਾਈਪਰ ਹੋ ਰਹੇ ਨੇ ਨਾ ਸਮਝਾਓ ਉਧਰਲੀ ਕੰਟਰੀ ਤੇ ਇਧਰਲੀ ਕੰਟਰੀ ਦੇ ਰੂਲਸ ਆ ਲੱਤਾਂ ਨੂੰ ਹੈਲੋ ਪਤਾ ਕੀ ਗੱਲ ਹੈ ਜਿਹੜੇ ਆਪਣੇ ਇਹ ਵਿਕਰਮ ਹੋਰੀ ਨੇ ਨਾ ਠੀਕ ਆ ਨਾ ਉਧਰ ਵਿਕਰਮ ਹੋਰਾਂ ਦੀ ਹਾਈਪ ਦੇਖ ਕੇ ਜਾ ਕੇ ਉੱਚੀ ਆ ਬਾਬੇ ਬਹੁਤ ਉੱਚੀ ਆ ਮੇਰੀ ਗੱਲ ਸੁਣੋ ਤਾ ਜੀ ਉਰੇ ਵਿਕਰਮ ਬਾਬਲਾ ਦੀ ਕਹਿੰਦੇ ਨੇ ਵਿਕਰਮ ਹੋਰਾਂ ਨੂੰ ਅੰਬ ਦੇ ਚਾਰ ਨਾਲ ਬਰਾਤ ਨੇ ਉਧਰ ਵਿਕਰਮ ਹੋਰੀ ਮੈਕੜੀ ਚਲਾਉਂਦੇ ਨੇ ਬ੍ਰੋ ਤੁਸੀਂ ਉਰੇ ਤਾਂ ਬੈਠੋ ਮੇਰੀ ਗਲਤਾਂ ਸੁਣ ਲਓ ਇੱਕ ਮਿੰਟ ਮਾਈਂਡ ਦੇ ਵਿੱਚ ਗਲਤਾਂ ਪਾ ਬੈਠੋ ਬੈਠੋ ਮੈਂ ਠੀਕ ਆ ਬਈ H2O ਠੀਕ ਆ ਦਾ ਹੈਪੀ ਗੁੱਡ ਹੈਪੀ ਦਾ ਬੜਾ ਫੜਾ ਗਿਆ ਮੈਨੂੰ ਵੀ ਆਦੇ ਪਾਣੀ ਕਲਰ ਬਾਬਾ ਬੜਾ ਸੈਕਸੀ ਹੋ ਗਏ ਦੋ 1 1 1 ਯਾ ਉਹ ਭਾਈ ਤੋਰ ਦੇ ਇਹਨਾਂ ਨੂੰ ਓਏ ਉਹ ਮੁੰਡਿਆ ਕੀ ਕਰਾਉਣਾ ਤਾ ਮੁੰਡਿਆ ਹੈਲੋ ਉਹ ਮੁੰਡਿਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਇੱਕ ਮਿੰਟ ਜਿਹੜੇ ਉੱਧਰ ਲੈਣਾ ਕੀ ਹੈ ਇਹਨਾਂ ਨੂੰ ਮੈਂ 100 ਨੰਬਰ ਤੇ ਪੁਲਿਸ ਨੂੰ ਫੋਨ ਕਰ ਦੇਣਾ ਪੌਂਕਲਾ ਮੇਰੀ ਗੱਲ ਸੁਣੋ ਹੈ ਜਿਵੇਂ ਇਦਾਂ ਹੈਗੇ ਨੇ ਨਾ ਇਹ ਹੈ ਪਹਿਲਾਂ ਤੂੰ ਮੇਰੀ ਸੁਣਾ ਆ ਇਦਾਂ ਉਦਾਂ ਜਾ ਕਰਨਾ ਛੱਡ ਦੇ ਜਿਹੜੀ ਤੇਰੀ ਆਪਣੀ ਭਾਸ਼ਾ ਭਾਈ ਉਹ ਚ ਆ ਜਾ ਉਹ ਚ ਹੀ ਆਉਂਦਾ ਮੇਰਾ ਸਾਲਾ ਨਾ ਗੋਰਾ ਨਾ ਪੰਜਾਬੀ ਮੇਰੇ ਤੇ ਆਸਰੇ ਔਲੀਆਂ ਬੋਲੀਆਂ ਮਰੀ ਜਾਂਦਾ ਮੇਰੇ ਤੇ ਆਸਰ ਬਹੁਤ ਪੈ ਗਿਆ ਮੇਰੇ ਤੇ ਆਸਰ ਬਹੁਤ ਪੈ ਗਿਆ ਮੇਰੇ ਕਹਿੰਦੇ ਆ ਬੰਦਾ ਨਾ ਜਨਾਨਾ 5 ਨੇ ਸਾਲਾ ਜੀ ਖੁੱਡਾ ਉਹ ਸਾਲਾ ਜੀ ਚੁੱਪ ਕਰੋ ਮਾੜਾ ਜਿਹਾ ਆਪਾਂ ਤਾਏ ਜੀ ਨੂੰ ਸਮਝਾ ਦਈਏ ਹਾਂ ਕੋਈ ਨਾ ਜਿਹੜੇ ਉਧਰ ਹੈਗੇ ਨੇ ਨਾ ਉਧਰ ਆਪਣਾ ਵਿਗਰ ਹੈਗੇ ਨੇਗੇ ਬੰਦਾ ਵਿਗਰ ਜਾਨੀ ਕਿ ਭਖਾਰੀ ਹੈ ਨਾ ਵੀ ਉਹ ਹੈਗੇ ਨੇਗੇ ਉਧਰ ਉਧਰ ਐਦਾਂ ਨਹੀਂ ਹੈਗਾ ਉਹ ਸਰਕਾਰ ਦੇ ਵਿੱਚ ਉਧਰ ਐਵੇਂ ਮੰਗਦੇ ਨਹੀਂ ਹੈਗੇ ਉਧਰ ਕਰਦੇ ਨੇਗੇ ਵੀ ਇਹਨਾਂ ਨੂੰ ਵਰਕ ਦਿਓ ਆਪਣੀ ਜਿਹੜੀ ਕੰਟਰੀ ਆ ਡਿਵੈਲਪ ਹੋਵੇ ਕੀ ਦੋ ਵਰਕ ਕੰਮ ਦੇਵੋ ਆਪਾਂ ਇਹਨਾਂ ਨੂੰ ਕੰਮ ਦੇਵਾਂਗੇ ਘਰੇ ਹਾਂ ਅੱਛਾ ਨਹੀਂ ਇਹਨਾਂ ਨੂੰ ਕੰਮ ਦਬਾ ਦਾਂਗੇ ਕਿਤੇ ਕਿਉਂ ਮੈਂ ਦਬਾਉਂ ਯਾਰ ਜਿਹੜੀ ਮੇਰੀ ਗੱਲ ਸੁਣ ਆਪ ਲੱਗ ਜਾ ਜਿਹੜਾ ਜਿਹੜਾ ਤੈਨੂੰ ਜਿਹੜਾ ਮੈਂ ਤੈਨੂੰ ਕਲੱਬ ਕਹਿੰਦਾ ਸੀਗਾ ਵਿਕਰਮਾ ਕਲੱਬ ਸਾਂਭ ਲੇਗਾ ਬਰੋ ਖੜਾ ਖੁਸ਼ੀ ਖੁਸ਼ੀ ਮੈਨੇਜਰ ਬਣ ਜੀ ਓਏ ਚੱਲ ਪੁੱਤ ਕਿੰਨੇ ਪੜੇ ਹੋਏ ਹੋ ਤੁਸੀਂ ਅਣਪੜ੍ਹ ਕਰਦੇ ਨੇ ਅਣਪੜ੍ਹ ਕਰਦੇ ਨੂੰ ਵੀ ਤੁਹਾਡੇ ਉੱਥੇ ਸਟੱਡੀ ਵੀਜ਼ਾ ਪਵਾ ਦਾਂਗੇ ਤੁਹਾਨੂੰ ਕਰਾਉਣ ਦੇ ਵਿੱਚ ਪਾਵਾਂਗੇ ਯਾਰ ਬਸ ਇੱਕ ਕੁੜੀ ਲੰਘ ਗਈ ਕੰਨ ਤੇ ਲਕੀਤਰ ਮਾਰਤੀ ਜਦੋਂ ਆਪਾਂ ਮੇਰੀ ਗੱਲ ਸੁਣੋ ਲਕੀਤਰ ਮਾਰਤੀ ਆ ਬਾਅਦ ਚ ਕਿੰਨੀਆਂ ਕੁੜੀਆਂ ਲਕੀਤਰਾਂ ਗਿਣ ਲਈਆਂ ਖੜਾ ਹੋ ਜਾ ਭਾਈ ਖੜਾ ਹੋ ਬਰਾਉਨੀ ਨਾ ਕਰ ਤੂੰ ਬਰਾਉਨੀ ਨਾ ਕਰਦੀ ਅੰਦਰ ਲੈ ਜਾ ਬਾੜ ਦੋ ਨਾ ਵਿਕਰਮਾ ਕੋਈ ਚੱਕਰ ਨਹੀਂ ਬਾਈ ਬੈਠੋ ਉਰੇ 100 ਨੰਬਰ ਤੇ ਫੋਨ ਲਗਾ ਦਾਂਗੇ ਪੂਰੀ ਮਾਰੀ ਪੂਰੀ ਮਾਰੀ ਉਰੇ ਮਾਰੀ ਇਹਨੂੰ ਪਤੀ ਨਹੀਂ ਯਾਰ ਰੂਲ ਆਣ ਬੋਲੇ ਹੋ ਕੇ ਆ ਗਏ ਬਾਹਰੋਂ ਇਹਨਾਂ ਨਾਲ ਬਰਾਬਰੀ ਰੱਖਣੀ ਆਪਾਂ ਵੀ ਬਰਾਬਰ ਆ ਸਾਰੇ ਬਰਾਬਰ ਨੇ ਉਧਰ ਉਧਰ ਕਿਹੜੀ ਨੇ ਵੀ ਜੱਜ ਤੋਂ ਲੈ ਕੇ ਭਖਾਰੀ ਤੱਕ ਹਰੇਕ ਬੰਦੇ ਦਾ ਇਨਸਾਫ ਹੈ ਇੱਕ ਹੈ ਇੱਕ ਉਧਰ 1 ਹੈ ਬਾਬੇ ਓਨਲੀ 1 ਆ ਓਨਲੀ 1 ਮੈਂਬਰਸ ਵਿਕਰਮਾ ਕੋਈ ਚੱਕਰ ਨਹੀਂ ਆਪਦਾ ਘਰ ਆ ਬਾਈ ਨਹੀਂ ਕੁੜੀਏ ਮਾਸੀ ਹੋਰਾ ਪੱਕਾ ਨਹੀਂ ਅਸੀਂ ਅਸੀਂ ਕੈਨਬਰਾ ਐਤਕੀ ਰੱਖਣੀਆਂ ਵਾਲੇ ਭੈਣ ਲਵਾਉਂਗਾ ਓਏ ਸੱਟ ਸੁੱਟ ਤਾਂ ਨਹੀਂ ਲੱਗੀ ਪੁੱਤ ਤੁਹਾਡੇ ਅਸੀਂ ਅਸੀਂ ਕੈਨਬਰਾ ਵੀ ਪਾਰਲੀਮੈਂਟ 'ਚ ਜਾ ਕੇ ਉੱਥੇ ਸਾਰਾ ਕੁਝ ਦੇਖਿਆ ਵੀ ਕਿਵੇਂ ਸੁਣਵਾਈਆਂ ਹੁੰਦੀਆਂ ਨੇ ਨਹੀਂ ਕੁੜੀਏ ਤੁਹਾਨੂੰ ਕੰਮ ਦਵਾਵਾਂਗੇ ਹਾਂ ਆਪਣੀ ਦੀ ਮਾਮੇ ਦਾ ਮੁੰਡਾ ਹੈ ਨਾ ਗੋਡੇ ਬਿਠਾਈ ਲਓ ਆ ਤੇਰੇ ਤੋਂ ਗੋਡੇ ਬਿਠਾਈ ਲਓ ਤੇਰੇ ਤੋਂ ਗੋਡੇ ਬਿਠਾਈਏ ਬੌਲਿਆਂ ਦਾ ਟੱਬਰ ਓਏ ਬੌਲਿਆਂ ਦਾ ਟੱਬਰ ਓ ਪੁੱਤਾ ਤੁਸੀਂ ਤਾਂ ਸਿਆਣੇ ਖੜੇ ਆਪਣੇ ਫਰੈਂਡਸ ਨੇ ਇਹ ਮਿੱਤਰ ਨਹੀਂ ਲਾਉਂਦੇ ਨਹੀਂ ਅੱਜ ਜੌਬ ਤੇ ਜਾਣਾ ਆਉਂਦੇ ਨੇ ਜੌਬ ਤੇ ਟਮੋਰੋ ਦੇਖਾਂਗੇ ਓਕੇ ਕੋਈ ਨਾ ਉਹ ਲੈ ਕੇ ਪਾ ਜਾ ਉਹ ਲੈ ਕੇ ਪਾ ਲੈ ਨਾ 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 ਕੋਲ ਲੱਗ ਕੇ ਆਉਂ ਕੋਈ ਚੱਕਰ ਨਹੀਂ ਜਾ ਪੁੱਤ ਚੱਲ ਮੈਂ ਤੈਨੂੰ ਆਈਡੀ ਦਾ ਮੈਂਸ ਕਰੂੰਗਾ ਮੈਂਸ ਕਰੂੰਗਾ ਮੈਂ ਤੈਨੂੰ ਨਹੀਂ ਨਹੀਂ ਇਹਨਾਂ ਨੂੰ ਅੰਦਰ ਬਿਠਾ ਕੇ ਖਾਣਾ ਖੂਣਾ ਖਵਾਉਣੇ ਆ ਐਂ ਕਾ ਮੈਂ ਕੋਲ ਡ੍ਰਿੰਕ ਲੈ ਕੇ ਆਉਣਾ ਉੱਥੇ ਅੰਦਰ ਬੈ ਜਾ ਤੁਸੀਂ ਵੌਇਸ ਕੌਣ ਨੇ ਉਧਰ ਇਦਾਂ ਨਹੀਂ ਹੈਗਾ ਉਹ ਮੇਰਾ ਸਾਲਾ ਸਾਰਾ ਕੁਝ ਲੈ ਜਾਣ
ਢਿੱਡ ਚਗੜਾ ਲਈ ਕਿਤੇ ਭਾਈ ਪੱਤੇ ਕੱਟਤੇ ਸਾਰੇ ਗੋਭੀ ਮੈਂ ਇਹਨੂੰ ਹੁਣ ਸਾਰੇ ਲੋਕ ਪਤਾ ਕੀ ਕਿਹਾ ਸੀਗਾ ਮੈਂ ਆਪਾਂ ਕਲੱਬ ਬਣਾਉਣਾ ਬ్రో ਯਾਰ ਆਪ ਕਹਿਆ ਸੀ ਨਾ ਤੂੰ ਕਲੱਬ ਚ ਯਾ ਗੋਰੀਆ ਜਰ ਖਾਂਦਾ ਕਰ ਰਹੇ ਘੱਗਰੀਆਂ ਪਾਲੋ ਭਾਈ ਘੱਗਰੀਆਂ ਐ ਨੱਚਦੇ ਨੇ ਉਧਰ ਘੱਗਰੀਆਂ ਪਾਲੋ ਉਧਰ ਇਕੱਠੇ ਮੋਟੇ ਆ ਘੱਗਰੀਆਂ ਪਾਲੋ ਆਏ ਨੱਚਦੇ ਨੇ ਉਧਰ ਕਲਚਰ ਸੁਣ ਬਹਿ ਕੇ ਪਾਲੋ ਤੂੰ ਉਹਨਾਂ ਨੂੰ ਮੇਰੇ ਸਾਲੇ ਨੂੰ ਬਾਹਰ ਕੱਢ ਬਾਬੇ ਮੈਂ ਉਹਨਾਂ ਨੂੰ ਐਪਲ ਜੂਸ ਪਿਆ ਕੇ ਆਉਣਾ ਬਾਬੇ ਉਹ ਤੂੰ ਮੇਰੀ ਸੁਣ ਗੱਲ ਮੇਰੀ ਗੱਲ ਸੁਣ ਉਧਰ ਤੂੰ ਮੇਰੀ ਸੁਣ ਲਾ ਭਾਈ ਫੇਰ ਉਧਰ ਮੇਰਾ ਸਾਲਾ ਉਧਰ ਆ ਹੁੰਦਾ ਬਾ ਹੁੰਦਾ ਮੈਂ ਕੀ ਲੈਣਾ ਉਧਰੋਂ ਮੇਰੇ ਨਾਲ ਤਾਂ ਇੱਧਰ ਦੀ ਗੱਲ ਕਰ ਮੇਰੇ ਨਾਲ ਤਾਂ ਪੰਜਾਬ ਦੀ ਗੱਲ ਕਰ ਮੈਂ ਨਹੀਂ ਲੈਣਾ ਤੇਰੇ ਕੋ ਸਤੋਂ ਕਿੱਥੇ ਗਏ ਸੀ ਤੁਸੀਂ ਆਪਣਾ ਆਸਟ੍ਰੇਲੀਆ ਆਹੋ ਜਿੱਥੇ ਵੀ ਗਏ ਆਈ ਲਵ ਪੰਜਾਬ ਕੰਟਰੀ ਆਹੋ ਪੰਜਾਬ ਦੇ ਵਿੱਚ ਕੀ ਹੋ ਗਿਆ ਯਾ ਬੱਤਾ ਭਾਲਦੇ ਨੇ ਉਹ ਐਂਡ ਐਂਡ ਲੈ ਦੇ ਬੱਤਾ ਭਾਲਦੇ ਨੇ ਫੈਂਟਾ ਲੈ ਦੇ ਕੀਮਤ ਘੁਰਾ ਦੋ ਮੇਰਾ ਸਾਲਾ ਨਾਨਕੇ ਨੇ ਤੇਰੇ ਉਹ ਐ ਪੂਜੀ ਜੰਨਾ ਆ ਕੁਛ ਸਿੱਖ ਗਏ ਹੋ ਬਾਹਰੋਂ ਕੰਜਰ ਦੇ ਕਲੱਬ ਦੇ ਵਿੱਚ ਨੱਚਦੇ ਨੇ ਇਹਦੇ ਨੂੰ ਕਲੱਬ ਦਾ ਫੀਲ ਆ ਰਿਹਾ ਹੈਗਾ ਪੰਜਰ ਖਾਨਾ ਨਾਲੇ ਮੇਰੀ ਗੱਲ ਸੁਣ ਲੈ ਤੂੰ ਪਹਿਲਾਂ ਤਾਂ ਆਹ ਕੱਢ ਦੇ ਜਿਹੜਾ ਪਾਰਕ ਹੈ ਗਲ ਚ ਓਕੇ ਆਹੋ ਮੇਰੀ ਗੱਲ ਸੁਣ ਲੈ ਦੀਵਾਲੀ ਦੇ ਦਿਨ ਨੇੜੇ ਨੇ ਆਪਾਂ ਭਾਈ ਦੀਵਾਲੀ ਮਨਾਉਣੀ ਹੈ ਨਾਲੇ ਬਿਊਟੀਫੁਲ ਬਿਊਟੀਫੁਲ ਉਹ ਕਹਿੰਦੀ ਦੀ ਤੇ ਤੇਰੀ ਤਾਤਾ ਜੀ ਤੋਂ ਆਪਣੀ ਤਿਹਾਰ ਦੀਵਾਲੀ ਤਿਹਾਰ ਦੀਵਾਲੀ ਦੀ ਮਨੋਜ ਗੁਪਤਾ ਕਹਿੰਦੀ ਸੀ ਕਹਿੰਦੀ ਮੈਂ ਦੀਵਾਲੀ ਮਨਾ ਲੂੰ ਤੁਹਾਡੇ ਇੱਥੇ ਓਕੇ ਹਾਂ ਮਨੋਜ ਗੁਪਤਾ ਮਾਈ ਫੇਵਰੇਟ ਆਲ ਲੈਟਾਂ ਲੁੱਟਾਂ ਜੀਆਂ ਲਾ ਲਾਂਗੇ ਨਾਲੇ ਆਪਾਂ ਓਕੇ ਹੈ ਮਨੋਜ ਗੁਪਤਾ ਨੂੰ ਲਿਆਵਾਂਗੇ ਹਾਂ ਮਤਲਬ ਸਿਆਣਾ ਬਣ ਕੀ ਬੋਲ ਕੁੱਟੀ ਜਾਂਦਾ ਤੂੰ ਦੱਸ ਆਹ ਕੀ ਸਾਂ ਕੱਢ ਰਖਿਆ ਮਨੋਜ ਗੁਪਤਾ ਚੰਗਾ ਭਲਾ ਬੰਦਾ ਗਏ ਦੀ ਮੇਰਾ ਸਾਲਾ ਜੋਕਰ ਬਣ ਕੇ ਆ ਗਿਆ ਮਨੋਜ ਗੁਪਤਾ ਕਦੋਂ ਆਊਗੀ ਆ ਜੂਗੀ ਮਨੋਜ ਗੁਪਤਾ ਕੁਛ ਬੋਲੀ ਦਾ ਨਾ ਕੁਛ ਨਹੀਂ ਬੋਲੀ ਆ ਜੂਗੀ ਕਹਿੰਦੀ ਮੈਂ ਆਉਣਾ ਨਾਇਸ ਮਨੋਜ ਗੁਪਤਾ ਹਾਂ ਆ ਜੂਗੀ ਉਹ ਆ ਜੂਗੀ ਕੋਈ ਨਾ ਯਾ ਤੂੰ ਵੀ ਆਪਦਾ ਦਿਮਾਗ ਨੂੰ ਦੇ ਦੇ ਆਰਾਮ ਥੋੜਾ ਜਾ ਹੋਰ ਇਹ ਮੇਰਾ ਸਾਲਾ ਮਹੱਲਾ ਫੜਾ ਮਾਰੂ ਕੰਨ ਤੇ ਮੇਰੇ ਸਾਲੇ ਬਾਹਰ ਕੀ ਵਗ ਜਾਣਗੇ ਦੋ ਦਿਨ ਹੋਰ ਹੀ ਲੱਗ ਜਾਣਗੇ ਕੁਛ ਬੋਲਣ ਪੰਜਾਬੀ ਦੀ ਜੱਖਣਾ ਪੜਤੀ ਮੇਰੇ ਸਾਲਿਆਂ ਨੇ ਸੰਭਾਲੀ ਨਹੀਂ ਜਾਂਦੀ ਮਾਂ ਬੋਲੀ ਮਾੜੀ ਜੀ ਅੰਗਰੇਜ਼ੀ ਕੀ ਆ ਜਾਂਦੀ ਆ ਸਾਲੇ ਮੂੰਹ ਲੱਗ ਜਾਣਗੇ ਮਾਰਨ ਹੋਰ ਇਹ ਪਤਾ ਨਹੀਂ ਜੋਬ ਜਾਓ ਜੇ ਲੱਗ ਗਿਆ ਕਰਨ ਚੰਗੀ ਭਲੀ ਪੰਜਾਬੀ ਆਉਂਦੀ ਸੀ ਉਹ ਵੀ ਬੋਲਣੋਂ ਗਏ ਮੇਰੇ ਸਾਲ ਦੇ ਹੈਂ ਬਾਹਰ ਜਾਂਦੇ ਹੋ ਜੀ ਸਦਕੇ ਜਾਓ